ਗੁਰੂ ਕੀ ਸੰਗਤ ਆਓ ਫਤਿਹ ਸਾਂਝੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਜਿੰਨਾ ਵੀ ਧੰਨਵਾਦ ਕਰੀਏ ਤਨ 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 ਸ੍ਰੀ ਗੁਰਗੰਸਾਹਿਬ ਜੀ ਪਾਤਸ਼ਾਹ ਦੇ ਪਾਤਸ਼ਾਹ ਦੇ ਪਾਤਸ਼ਾਹ ਹਨ ਉਹਨਾਂ ਦਾ ਜਿੰਨਾ ਵੀ ਆਪਾਂ ਧੰਨਵਾਦ ਕਰੀਏ ਥੋੜਾ ਅਰਸ਼ ਨੇ ਬਖਸ਼ਿਸ਼ ਕੀਤੀ ਹੈ ਆਪਾਂ ਨੂੰ ਦਰਸ਼ਾਇਆ ਹੈ ਉੱਚੇ ਉੱਪਰ ਉੱਚਾ ਨਾ ਹੋ ਉੱਚਾ ਸਭ ਤੋਂ ਉੱਚਾ ਰੱਬ ਹੈ ਰੱਬ ਤੋਂ ਉੱਚਾ ਨਾ ਹੋ ਦੇ ਨਾਮ ਇਹ ਪਾਸ਼ਾ ਨੇ ਦੱਸਿਆ ਹੈ ਇਹ ਗੁਪਤ ਹੈ ਲੇਕਿਨ ਪਾਸ਼ਾ ਨੇ ਸਿੱਖਾ ਨੂੰ ਇਹਦੇ ਬਾਰੇ ਦੱਸ ਦਿੱਤਾ ਤੇ ਨਾਮ ਕਿਸ ਤਰ੍ਹਾਂ ਮਿਲਿਆ ਆਪਾਂ ਨੂੰ ਨਾਮ ਆਪ ਨੂੰ ਮਿਲਿਆ ਦਸ਼ਮ ਪਿਤਾ ਜੀ ਮਹਾਰਾਜ ਕੋ ਜਿਹਨੂੰ ਪੰਜ ਪਿਆਰੇ ਪੇਸ਼ ਹੋਏ ਆਪਣੇ ਸੀਸ ਦੇ ਕੇ ਤੇ ਉਹਨਾਂ ਨੇ ਅੰਮ੍ਰਿਤ ਛਕਿਆ ਉਦੋਂ ਫਿਰ ਮਹਾਰਾਜ ਨੇ ਉਹਨਾਂ ਨੂੰ ਨਾਮ ਦਿੱਤਾ ਦੋ ਮੰਤਰ ਨੇ ਉਹਨਾਂ ਨੂੰ ਨਾਮ ਕਿਹਾ ਜਾਂਦਾ ਪਹਿਲੀ ਪੌੜੀ ਦਾ ਪਾਠ ਇੱਕ ਓੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸਭੰ ਗੁਰ ਪ੍ਰਸਾਦ ਇਥੋਂ ਤੱਕ ਮੂਲ ਮੰਤਰ ਹੈ ਅੱਗੇ ਜਪ ਆਦਿ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਇਹ ਮਹਾ ਮੰਤਰ ਹੈ ਜੋ ਵੀ ਅਜ ਤੱਕ ਅਸੀਂ ਸਾਧੂਆਂ ਨੂੰ ਮਿਲੇ ਇਹ ਪੂਰਾ ਇਹ ਨਾਮ ਜਿਹੜਾ ਹੈ ਉਹ ਜਪਦੇ ਨੇ ਦੂਜਾ ਇਹ ਰੱਬ ਦਾ ਮੰਤਰ ਹੈ ਕਿਉਂਕਿ ਰੱਬ ਦੀ ਗੱਲ ਹੁੰਦੀ ਨਾ ਇੱਕ ਤੋਂ ਸ਼ੁਰੂ ਕਰਦੇ ਆ ਦੂਜਾ ਗੁਰੂ ਮਹਾਰਾਜ ਦਾ ਮੰਤਰ ਹੈ ਉਹ ਵਾਹਿਗੁਰੂ ਹੈ ਵਾਹਿਗੁਰੂ ਇਹ ਦੋਹਾਂ ਨੂੰ ਨਾਮ ਕਹਿੰਦੇ ਹੁਣ ਲਿਖਾ ਨਹੀਂ ਹੋਣਾ ਚਾਹੀਦਾ ਕਿ ਇਹ ਨਾਮ ਕਿਸ ਤਰ੍ਹਾਂ ਲੈਣਾ ਕਿੱਥੋਂ ਲੈਣਾ ਇਹ ਪੰਜ ਪਿਆਰੇ ਰੈਣੀ ਵਾਲੇ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਜਦੋਂ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਦੇ ਨੇ ਉਦੋਂ ਆਪਾਂ ਨੂੰ ਨਾਮ ਦਿੰਦੇ ਹਨ ਹੁਣ ਬਹੁਤ ਜਣਿਆਂ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਅਸੀਂ ਅੰਮ੍ਰਿਤ ਭਾਵੇਂ ਨਾਸ਼ਕੀਏ ਵਾਹਿਗੁਰੂ ਵਾਹਿਗੁਰੂ ਕਰ ਲਈਏ ਤੇ ਸਾਨੂੰ ਨਾਮ ਮਿਲ ਗਿਆ ਹੈ ਇਹ ਐਕਚੁਅਲੀ ਨਾਮ ਨਹੀਂ ਮਿਲਿਆ ਤੁਹਾਨੂੰ ਲੇਕਿਨ ਨਾਮ ਐਡੀ ਖਾਸ ਵਸਤੂ ਹੈ ਕਿ ਜਿੰਨੀ ਦੇਰ ਤੁਸੀਂ ਕਰਦੇ ਹੋ ਉਹਨਾਂ ਤੁਹਾਨੂੰ ਫਾਇਦਾ ਹੁੰਦਾ ਹੈ ਉਸ ਤੋਂ ਬਾਅਦ ਇਹ ਜਿਹਨੂੰ ਕਹਿੰਦੇ ਐਵੇਪੋਰੇਟ ਹੋ ਜਾਂਦਾ ਹੈ ਜੇ ਤੁਸੀਂ ਅਮਰਤ ਸ਼ੱਕੇ ਨਾਮ ਤੁਹਾਨੂੰ ਪੰਜਾਂ ਪਿਆਰਿਆਂ ਤੋਂ ਮਿਲਿਆ ਉਹ ਜਿਹੜਾ ਨਾਮ ਹੈ ਉਹ ਤੁਸੀਂ ਅਕਾਊਂਟ ਖੋਲ੍ਹ ਲਿਆ ਆਪਣਾ ਸਪਿਰਚੁਅਲ ਅਕਾਊਂਟ ਆਤਮਿਕ ਅਕਾਊਂਟ ਖੋਲ੍ਹ ਲਿਆ ਬੈਂਕ ਸਾਰਿਆਂ ਦੇ ਹੈ ਨੇ ਸਭ ਨੂੰ ਇਸ ਗੱਲ ਦੀ ਸਮਝ ਲੱਗਣੀ ਚਾਹੀਦੀ ਹੈ ਜੇ ਅਕਾਊਂਟ ਨਾ ਹੋਵੇ ਉਹ ਚ ਪੈਸੇ ਨਹੀਂ ਜਮ੍ਹਾਂ ਹੋ ਸਕਦੇ ਸੋ ਆਪਾਂ ਵੈਗਰੂ ਵੈਗਰੂ ਕਰੀ ਜਾਏ ਲੇਕਿਨ ਅਮਰਤ ਨਾ ਛਕੀਏ ਉਹ ਜਮਾ ਨਹੀਂ ਹੋਣਾ ਕੁਛ ਵੀ ਤੇ ਜਿਹੜਾ ਜਮਾ ਹੋ ਜਾਂਦਾ ਨਾਮ ਉਹਨੂੰ ਕਮਾਈ ਕਹੀ ਜਾਂਦੇ ਨੇ ਕਿਹਾ ਜਾਂਦਾ ਕਿ ਉਹ ਕਮਾਈ ਕੀਤੀ ਕਿਸੇ ਨੇ ਬੜੀ ਕਮਾਈ ਦੇ ਤਿੰਨ ਸਾਧਨ ਹਨ ਬਾਣੀ ਪੜਨੀ ਸੇਵਾ ਕਰਨੀ ਕੀਰਤਨ ਕਰਨਾ ਇਹ ਤਿੰਨ ਆਪਾ ਸੁਣਦੇ ਆ ਨਾਮ ਜਪੋ ਵੰਡ ਛਕੋ ਕਿਰਤ ਕਰੋ ਇਹ ਵੀ ਸਾਰਾ ਕੁਝ ਤਾਂ ਕਿ ਸਾਡੇ ਕੋਲ ਪੂੰਜੀ ਇਕੱਠੀ ਹੋਵੇ ਹੁਣ ਮਾਰੇ ਦਾ ਸ਼ਬਦ ਆਇਆ ਜਿਨ ਹਰ ਹਿਰਦੇ ਨਾਮ ਨਾ ਬਸਿਓ ਜਿਨ ਮਾਤ ਕੀਜੇ ਹਰ ਬਾਂਝਾ ਬੜਾ ਸਖਤ ਮਾਰੇ ਨੇ ਇਹ ਬਚਨ ਕੀਤਾ ਕਿ ਜਿਹੜੀ ਮਾਤਾ ਨਾਮ ਨਹੀਂ ਜਪਦੀ ਜਦੋਂ ਉਹ ਗਰਭਵਤੀ ਹੈ ਗਰਭ ਦੇ ਵਿੱਚ ਨਾਮ ਨਹੀਂ ਜਪਦੀ ਉਹ ਬੱਚੇ ਨੂੰ ਨਾਮ ਨਹੀਂ ਮਿਲਦਾ ਉੱਥੋਂ ਸ਼ੁਰੂ ਹੁੰਦਾ ਹੈ ਕੰਮ ਵੱਡੇ ਹੋ ਕੇ ਤੁਸੀਂ ਖੰਡੇ ਬਾਟੇ ਦਾ ਅਮਰ ਸ਼ਖ ਦੇ ਹੋ ਲੇਕਿਨ ਮਾਤਾ ਬੱਚੇ ਨੂੰ ਨਾਮ ਇਸ ਤਰ੍ਹਾਂ ਦਿੰਦੀ ਹੈ ਸੋ ਇਹ ਆਪਾ ਸਭ ਚਾਹੁੰਨੇ ਆ ਕਿ ਅਗਲਾ ਸਾਲ ਖੁਸ਼ੀ ਦਾ ਹੋਵੇ ਕੋਣ ਨਹੀਂ ਚਾਹੁੰਦਾ ਕਿ ਮੇਰੇ ਘਰ 'ਚ ਖੁਸ਼ੀ ਹੋਵੇ ਲੇਕਿਨ ਮਹਾਰਾਜ ਕਹਿੰਦੇ ਨੇ ਐਸਾ ਜਗ ਦੇਖਿਆ ਜੋਹਾਰੀ ਸਭ ਸੁਖ ਮੰਗੇ ਨਾਮ ਵਿਸਾਰੀ ਕਹਿੰਦੇ ਨਾਮ ਮੈਂ ਜਪਣਾ ਨਹੀਂ ਮੈਨੂੰ ਸੁਖ ਮਿਲ ਜਾਏ ਸੁਖ ਮਿਲਦਾ ਨਹੀਂ ਐ ਇਸ ਤਰ੍ਹਾਂ ਪੁਰਾਣੇ ਕਰਮਾਂ ਕਰਕੇ ਜੋ ਚੰਗਾ ਕੰਮ ਕੀਤਾ ਉਹਨਾਂ ਨੂੰ ਸੁੱਖ ਮਿਲ ਜਾਂਦਾ ਹੈ ਜਿਹੜੇ ਗਲਤ ਕੰਮ ਕੀਤੇ ਪੁਰਾਣਾ ਜਿਹੜਾ ਬੈਗੇਜ ਲੈ ਕੇ ਆਏ ਆ ਫਿਰ ਦੁੱਖ ਸ਼ੁਰੂ ਹੋ ਜਾਂਦਾ ਸੋ ਨਵਾਂ ਸਾਲ ਚੜਨਾ ਹੈ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਅੰਮ੍ਰਿਤ ਛਕੋ ਡਰਨ ਦੀ ਲੋੜ ਨਹੀਂ ਹੈ ਬਗੈਰ ਅੰਮ੍ਰਿਤ ਛਕੇ ਗੁਜ਼ਾਰਾ ਨਹੀਂ ਹੈ ਜਪਨੀ ਸਾਹਿਬ ਚ ਆਪਾਂ ਪਾਠ ਕਰਦੇ ਹਾਂ ਬਿਨ ਨਾਵੇਂ ਨਾਹੀ ਕੋ ठाਉ ਹੁਣ ਆਪਾਂ ਸ਼ਬਦ ਲਾਇਆ ਸੀ ਜਗਤ ਜਨੰਦਾ ਰਖ ਲੈ ਆਪਣੀ ਕਿਰਪਾ ਦਾ ਸਭ ਤੋਂ ਪਾਵਰਫੁਲ ਕੌਣ ਹੈ ਕਰਤਾ ਤਰਤਾ ਮਾਲਕ ਹੈ ਉਹ ਇੰਪੋਸੀਬਲ ਨੂੰ ਪੋਸੀਬਲ ਕਰ ਸਕਦਾ ਸ਼ਬਦ ਆਇਆ ਕਿਉਂਕਿ ਲੜਾਈਆਂ ਹੋ ਰਹੀਆਂ ਬਹੁਤ ਤੁਸੀਂ ਟੈਲੀਵਿਜ਼ਨ ਤੇ ਦੇਖਦੇ ਹੋ ਬੱਚੇ ਮਾਰੇ ਜਾ ਰਹੇ ਨੇ ਵੱਡੇ ਮਾਰੇ ਜਾ ਰਹੇ ਨੇ ਯੂਨ ਨੇ ਪਿੱਛੇ ਜੀ ਇੱਕ ਮੀਟਿੰਗ ਕੀਤੀ ਪਤਾ ਲੱਗਿਆ ਕਿ 107 ਮਿਲੀਅਨ ਬੰਦੇ ਡਿਸਪਲੇਸਡ ਨੇ ਇਸ ਵੇਲੇ 107 ਮਿਲੀਅਨ ਬੰਦਾ ਡਿਸਪਲੇਸਡ ਹੈ ਤੇ 35 ਮਿਲੀਅਨ ਬੰਦੇ ਰਿਫਿਊਜੀ ਨੇ ਇਨਾਂ ਦਾ ਘਰ-ਬਾਰ ਨਹੀਂ ਪਤਾ ਨਹੀਂ ਕਿੱਥੇ ਜਾਈਏ ਐਸਾ ਹਾਲ ਹੋਇਆ ਤੇ ਹੁਣ ਇਹ ਲੜਾਈਆਂ ਜਿਹੜੀਆਂ ਹੋ ਰਹੀਆਂ ਇਹ ਹੋਰ ਵੱਜ ਜਾਣਾ ਕੰਮ ਹਾਂ ਨਵੇਂ ਸਾਲ ਦੀਆਂ ਖੁਸ਼ੀਆਂ ਆਦਮੀ ਮਨਾਉਂਦਾ ਹੈ ਕਿਉਂ ਮਨਾਉਂਦਾ ਹੈ ਕਿ ਮਾਲਕ ਚਲੋ ਜੋ ਪਿਛਲਾ ਸਾਲ ਚੰਗਾ ਲੰਘ ਗਿਆ ਹੁਣ ਅੱਗੇ ਕਿਰਪਾ ਕਰਿਓ ਸਾਨੂੰ ਸੁੱਖ ਮਿਲੇ ਅਗਲੇ ਸਾਲ ਲੇਕਿਨ ਸੁਖ ਦਾ ਸਾਧਨ ਨਾਮ ਹੈ ਹੁਣ ਸ਼ਬਦ ਹੈ ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਤਾਰ ਕਿ ਜਲ ਰਿਹਾ ਹੈ ਸੰਸਾਰ ਜਲ ਰਿਹਾ ਹੈ ਅਗ ਲੱਗੀ ਹੋਈ ਹੈ ਅਬਲੇਜ਼ ਹੈ ਕਾਦੇ ਨਾਲ ਅਬਲੇਜ਼ ਹੈ ਇੱਕ ਤਾਂ ਉਹ ਕਹਿੰਦੇ ਫੋਰੈਸਟ ਦੀਆਂ ਫਾਇਰਸ ਨੇ ਜੰਗਲਾਂ 'ਚ ਅਗ ਲੱਗੀ ਹੋਈ ਹੈ ਯਕਨ ਇਹ ਸ਼ਬਦ ਕੁਛ ਹੋਰ ਕਹਿ ਰਿਹਾ ਹੈ ਇਹ ਕਹਿ ਰਿਹਾ ਸਾਡਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਿੰਦਾ ਚੁਗਲੀ ਇਹ ਜਿਹੜੀਆਂ ਅਲਾਮਤਾ ਹੈ ਨਾ ਇਹਨਾਂ ਕਰਕੇ ਅੱਗ ਲੱਗੀ ਹੈ ਇਹ ਜਿੰਨੀ ਦੇਰ ਤੱਕ ਅੰਦਰੋਂ ਅੱਗ ਨਹੀਂ ਬੁਝਦੀ ਬਾਹਰ ਅਸੀਂ ਸ਼ਾਂਤੀ ਕਿੱਥੋਂ ਲੱਭਾਂਗੇ ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਤਾਰ ਜਿੱਤ ਦਵਾਰੇ ਉਬਰੇ ਤੇ ਤੇਲੇ ਉਭਾਰ ਮਰ ਜਗੇ ਬੇਨਤੀ ਕਰ ਰਹੇ ਨੇ ਗੁਰੂ ਮਹਾਰਾਜ ਪਾਤਸ਼ਾਹ ਕੋਈ ਕਿਸੇ ਵੀ ਪਲੇਸ ਆਫ ਵਰਸ਼ਪ ਨੂੰ ਕਹਨੇ ਦਵਾਰਾ ਜਿੱਦਾਂ ਗੁਰੂ ਦਵਾਰਾ ਹੈ ਇਸ ਤਰ੍ਹਾਂ ਹਿੰਦੂਆਂ ਦੇ ਦਵਾਰੇ ਮੁਸਲਮਾਨਾਂ ਦੇ ਕਿ ਕਿਸੇ ਵੀ ਜਗਾ ਤੇ ਜਿੱਥੇ ਰੱਬ ਨਾਮ ਰੱਬ ਦਾ ਨਾਮ ਲੈਂਦੇ ਨੇ ਉਹ ਦੁਆਰੇ ਤੋਂ ਮਹਾਰਾਜ ਜਿੱਥੋਂ ਵੀ ਕੋਈ ਹੈ ਉਹਨਾਂ ਨੂੰ ਪਾਰ ਕਰੋ ਬਚਾਓ ਉਹਨਾਂ ਨੂੰ ਜਿੱਤ ਦੁਆਰੇ ਉਬਰੇ ਤੇ ਤੇ ਲਿਓ ਉਭਾਰ ਇਸ ਕਰਕੇ ਸਿੱਖ ਦੇਖੋ ਮਹਾਰਾਜ ਸਾਰੀ ਦੁਨੀਆ ਨੂੰ ਆਪਣੀ ਲਪੇਟ ਵਿੱਚ ਲੈਂਦੇ ਨੇ ਜਿਹੜਾ ਵੀ ਕੋਈ ਜਿੱਥੇ ਵੀ ਮਹਾਰਾਜ ਦਾ ਰੱਬ ਦਾ ਨਾਮ ਲੈਂਦਾ ਹੈ ਉਹ ਤੇ ਕਿਰਪਾ ਕਰੋ ਸਤਿਗੁਰ ਸੁਖ ਵਿਖਾਲਿਆ ਸੱਚਾ ਸ਼ਬਦ ਵਿਚਾਰ ਇਥੇ ਸੁਖ ਤੇ ਸਚ ਦਾ ਬਹੁਤ ਵੱਡਾ ਕਨੈਕਸ਼ਨ ਹੈ ਸੱਚ ਮਰਜ ਬਾਣੀ ਚ ਕਹਿੰਦੇ ਨੇ ਸੱਚ ਕਾਲ ਕੂੜ ਵਰਤਿਆ ਕਨ ਕਾਲਖ ਬੇਤਾਰ ਸੱਚ ਨਹੀਂ ਰਹਾ ਟਰੁੱਥ ਨਹੀਂ ਰਹਾ ਫਾਲਸਹੂਡ ਹੋ ਗਈ ਸੱਚ ਕਾਲ ਕੂਰ ਵਰਤਿਆ ਕਲ ਕਾਲਕ ਬੇਤਾਲ ਬਿਓ ਬੀਜ ਪਤ ਲੈ ਗਏ ਅਬ ਕਿਉਂ ਉਗਵੇ ਦਾਲ ਦਾਲ ਬਣਾਤੀ ਕਹਿੰਦੇ ਜੇ ਇੱਕ ਸੀਡ ਹੋਵੇ ਪੂਰਾ ਸਾਬਤ ਉਹ ਉਗਦਾ ਜੇ ਉਹਦੀ ਦਾਲ ਬਣਾਈਏ ਉਹ ਨਹੀਂ ਉਗ ਸਕਦੀ ਕੀ ਭਾਵ ਹੈ ਅਸੀਂ ਛੋਟੇ ਛੋਟੇ ਬੰਦਿਆਂ ਨੂੰ ਵੱਡਾ ਸਮਝਣ ਲੱਗ ਜਾਂਦੇ ਆ ਦੇਵੀ ਦੇਵਤੇ ਪੂਜਣ ਲੱਗ ਜਾਂਦੇ ਹਾਂ ਉਹ ਜਿਹੜਾ ਦੇਵੀ ਦੇਵਤਿਆਂ ਤੋਂ ਵੀ ਉੱਪਰ ਹੈ ਉਹਨੂੰ ਨਹੀਂ ਪੂਜਦੇ ਡਾਇਰੈਕਟ ਮਾਰਕੰਡੇ ਸੱਚ ਤਾਂ ਪਰ ਜਾਣੀਏ ਜਾਂ ਹਿਰਦੇ ਸੱਚਾ ਹੋਏ ਜਦੋਂ ਨਾਮ ਆਪਾਂ ਨੂੰ ਮਿਲ ਜਾਂਦਾ ਨਾ ਫਿਰ ਅੰਦਰ ਨਾਮ ਫਿਰ ਉੱਥੇ ਸੱਚ ਬਣਦਾ ਨਹੀਂ ਤੇ ਸੱਚ ਨਹੀਂ ਬਣਦਾ ਆਪਾਂ ਜਾਣਨੇ ਆ ਪੰਜ ਜਿਹੜੇ ਗੁਣ ਨੇ ਦਇਆ ਸਤ ਸੰਤੋਖ ਨਿਮਰਤਾ ਪ੍ਰੀਮ ਸਤ ਜਿਹੜਾ ਹੈ ਸਤ ਦਾ ਮਤਲਬ ਸੱਚ ਹੈ ਇਕ ਓਕਾਰ ਸਤ ਨਾਮ ਸਤ ਦਾ ਮਤਲਬ ਸੱਚਾ ਨਾਮ ਹੈ ਸੋ ਆਪਾਂ ਅਰਦਾਸ ਕੀਤੀ ਕਿਉਂਕਿ ਸਿੱਖਾਂ ਨੂੰ ਹੁਕਮ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਨਾਨਕ ਦੀਵ ਜੀ ਮਹਾਰਾਜ ਨੂੰ ਮੰਨਣ ਵਾਲੇ ਅਸੀਂ ਨਾਮ ਸਾਡੇ ਕੋਲ ਹੋਵੇ ਗੁਰੂ ਨਾਨਕ ਦੇਵ ਜੀ ਨੂੰ ਅਸੀਂ ਮੰਨਦੇ ਆ ਨਾਨਕ ਨਾਮ ਚੜ ਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਉਹਦੇ ਭਾਣੇ ਚ ਉਹਦੀ ਵਿਲ ਵਿੱਚ ਕਿ ਜੋ ਹੁੰਦਾ ਹੈ ਮਾਲਕ ਠੀਕ ਕਰਦਾ ਹੈ ਉਹਦੀ ਵਿਲ ਚ ਰਹੀਏ ਤੇ ਸਾਰਿਆਂ ਦਾ ਭਲਾ ਮੰਗੀਏ ਫਿਰ ਜਾ ਕੇ ਚੜ੍ਹਦੀ ਕਲਾ ਹੋਣੀ ਨਾ ਸਾਡੇ ਕੋਲ ਨਾਮ ਹੋਵੇ ਨਾ ਗੁਰੂ ਮਹਾਰਾਜ ਨੂੰ ਮੰਨੀਏ ਅਸੀਂ ਭਲਾ ਬਾਹਰਿਆਂ ਦਾ ਅਸੀਂ ਕਿਸੇ ਦਾ ਮੰਗੀਏ ਕੋਈ ਨਾ ਸਾਡਾ ਭਲਾ ਤਾਂ ਹੁੰਦਾ ਜਦੋਂ ਅਸੀਂ ਸਰਬੱਤ ਦਾ ਭਲਾ ਕਰਦੇ ਕਿਉਂਕਿ ਸਾਰੇ ਇੱਕ ਪਿਤਾ ਇੱਕ ਉਸਕੇ ਹੰਭਾਰਕ ਤੂੰ ਮੇਰਾ ਗੁਰਖਾਈ ਇੱਕੋ ਇੱਕ ਮਾਲਕ ਹੈ ਇਹ 파ਸ਼ਾਨੇ ਬਹੁਤ ਵੱਡੀ ਇੱਕ ਰਹਿਮਤ ਕੀਤੀ ਦੁਨੀਆ ਦੇ ਉੱਤੇ ਉਹਨਾਂ ਨੇ ਕਹਿਤਾ ਇੱਕੋ ਇੱਕ ਰੱਬ ਆ ਕਿਸੇ ਨੇ ਇੰਨਾ ਸਪਸ਼ਟ ਨਹੀਂ ਕੀਤਾ ਲੋਕਾਂ ਨੂੰ ਲੱਗਦਾ ਸੀ ਮੇਰਾ ਅੱਲਾ ਮੇਰਾ ਰਾਮ ਹੈ ਕਿ ਸਿੱਖਾਂ ਦਾ ਉਹ ਐ ਗੁਰੂ ਹੈ ਕੋਈ ਉਹ ਕਹਿੰਦੇ ਸਭ ਇੱਕੋ ਹੀ ਇੱਕ ਹੈ ਇਹ ਨਾਮ ਨੇ ਡਿਫਰੈਂਟ ਸੋ ਅਸੀਂ ਆਪ ਜੀ ਨੂੰ ਬਹੁਤ ਬਹੁਤ ਨਵੇਂ ਸਾਲ ਦੀ ਵਧਾਈ ਜਿੰਨੇ ਹਾਂ ਪਾਤਸ਼ਾਹ ਕੇ ਦਾਸ ਹੈ ਪਾਤਸ਼ਾਹ ਮਿਹਰ ਕਰੋ ਸਾਡੇ ਤੇ ਰਹਿਮ ਕਰੋ ਸਾਨੂੰ ਇਹ ਸਮਝ ਲੱਗ ਜਾਵੇ ਕਿ ਨਾਮ ਤੋਂ ਬਿਗੈਰ ਗੁਜ਼ਾਰਾ ਨਹੀਂ ਹੈ ਨਾਮ ਕੇ ਧਾਰੇ ਸਦਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਮੰਡ ਨਾਮ ਰਚਿਆ ਹੋਇਆ ਸਾਰੇ ਪਾਸੇ ਅਸੀਂ ਕਦੇ ਕਦੇ ਐਗਜ਼ਾਮਪਲ ਇਹ ਦਿੰਨੇ ਹਾਂ ਬੜੀ ਛੋਟੀ ਜੀ ਐਗਜ਼ਾਮਪਲ ਹੈ ਲੇਕਿਨ ਅਸੀਂ ਇਹ ਸਾਨੂੰ ਹੋਰ ਕੁਝ ਸਮਝ ਨਹੀਂ ਲੱਗਦੀ ਕਿੱਦਾਂ ਦਸੀਏ ਕਿ ਜਿਹੜਾ ਇੱਕ ਜਨਰੇਟਰ ਹੈ ਉਹ ਬਿਜਲੀ ਪੈਦਾ ਕਰਦਾ ਹੈ ਹੁਣ ਸਾਰੀ ਬਿਜਲੀ ਆਪਾਂ ਦੇਖਦੇ ਹਾਂ ਕਿਸੇ ਪਾਸੇ ਕਿਸੇ ਜਨਰੇਟਰ ਨੇ ਪੈਦਾ ਕੀਤੀ ਹੈ ਉਹ ਜਨਰੇਟਰ ਦੀ ਜਿਹੜੀ એનર્ਜੀ ਹੈ ਜਿਹੜੀ ਪਾਵਰ ਹੈ ਉਸੇ ਤਰ੍ਹਾਂ ਰੱਬ ਦੀ ਜਿਹੜੀ ਪਾਵਰ ਹੈ ਉਹ ਨਾਮ ਹੈ ਉਹਦੇ ਨਾਲ ਹੀ ਅਸੀਂ ਜੀਂਦੇ ਆਂ ਸਾਰੀ ਕਾਇਨਾਤ ਸਾਰੀ ਜੋ ਹੈ ਧਰਤੀ ਆਕਾਸ਼ ਪਤਲ ਨਾਮ ਦੇ ਸਰਜਿ ਉੱਤੇ ਆ ਤੇ ਸਾਨੂੰ ਨਾਮ ਮਿਲਦਾ ਹੈ ਅਸੀਂ ਨਾਮ ਲੈਂਦੇ ਨਹੀਂ ਜੇ ਉਹ ਆਪਾਂ ਨਾਮ ਨਹੀਂ ਲੈਂਦੇ ਫਿਰ ਅਸੀਂ ਗੁਰੂ ਵਾਲੇ ਨਹੀਂ ਬਣਦੇ ਤੇ ਸਾਡੇ ਵਿੱਚ ਡਿਸਯੂਨਿਟੀ ਹੁੰਦੀ ਹੈ ਅਸੀਂ ਬੁਰਾ ਭਲਾ ਕਹਿੰਨੇ ਆ ਮਰਜ਼ ਕਹਿੰਦੇ ਸਭਨਾ ਜੀਆਂ ਦਾ ਇੱਕੋ ਦਾਤਾ ਸੂ ਮੇਵੇ ਸਭਨਾ ਜੀ ਸਾਰਿਆਂ ਦਾ ਉਹੀ ਮਾਲਕ ਹੈ ਉਹੀ ਸਾਡਾ ਪਿਤਾ ਹੈ ਉਹੀ ਸਾਡੀ ਮਾਂ ਹੈ ਇਸਕਾ ਕੇ ਅਸੀਂ ਤਾਂ ਭੈਣ ਭਰਾ ਹਾਂ ਸਾਰੇ ਤੇ ਫਿਰ ਅਸੀਂ ਬੁਰਾ ਭਲਾ ਕਿਸੇ ਨੂੰ ਕਿਉਂ ਕਹਿਣਾ ਜੇ ਕਹਨੇ ਤਾਂ ਗਲਤ ਹੈ ਸੋ ਮਾਰੇ ਦੇ ਚਰਨਾਂ ਵਿੱਚ ਅਰਦਾਸ ਕਰੀਏ ਇੱਥੇ ਆਪਾਂ ਹਰ ਮਹੀਨੇ ਅੰਮ੍ਰਿਤ ਛਕਾਉਂਦੇ ਆ ਜਿਨ੍ਹਾਂ ਨੇ ਨਹੀਂ ਛਕਿਆ ਛਕੋ ਤਕੜੇ ਹੋਵੋ ਅੰਮ੍ਰਿਤ ਛਕੇ ਬਿਗੈਰ ਨਾਮ ਨਹੀਂ ਮਿਲਦਾ ਜੇ ਨਾਮ ਆਪਾਂ ਲੈਨੇ ਆ ਅੰਮ੍ਰਿਤ ਛਕਿਆ ਨਹੀਂ ਉਹ ਜਮਾ ਨਹੀਂ ਹੋਣਾ ਕਿਦਰੀ ਵੀ ਅੱਜ 10 ਮਿੰਟ ਕੀਤੇ 10 ਮਿੰਟ ਬਾਅਦ ਖਤਮ ਨਹੀਂ ਤਾਂ 10 ਮਿੰਟ ਕੀਤੇ ਉਹ ਜਮਾ ਰਹਿਣੇ ਨੇ ਕੱਲ ਨੂੰ ਹੋਰ 10 ਮਿੰਟ ਕੀਤੇ ਤੇ 20 ਹੋ ਜਾਣੇ ਪਰ ਸੌਖੇ ਜਿਹੇ ਤਰੀਕੇ ਨਾਲ ਸਾਨੂੰ ਜਿਸ ਤਰ੍ਹਾਂ ਸਾਨੂੰ ਸਾਡੀ ਤੁਛ ਬੁੱਧੀ ਨਾਲ ਸਾਨੂੰ ਸਮਝ ਲੱਗਦੀ ਹੈ ਤੁਹਾਨੂੰ ਅਸੀਂ ਦੱਸ ਰਹੇ ਹਾਂ ਸਿਮਰਤ ਸ਼ਾਸਤਰ 베ਦ ਪੁਕਾਰਨ ਪੋਥੀਆਂ ਇਹ ਸਾਰੇ ਜਿੰਨੇ ਵੀ ਧਾਰਮਿਕ ਗ੍ਰੰਥ ਹੈ ਉਹਨਾਂ ਦੀ ਗੱਲ ਹੈ ਸਿਮਰਤियां Hindu ਧਰਮ ਦੀਆਂ ਸਿਮਰਤ ਸ਼ਾਸਤਰ 베ਦ ਚਾਰੇ 베ਦ ਹੋਏ ਸਚਾ ਪੁਕਾਰਨ ਪੋਥੀਆਂ ਕਿ ਸਾਰੀਆਂ ਕਹੀ ਜਾ ਰਹੀਆਂ ਕੀ ਕਹਿ ਰਹੀਆਂ ਨਾਮ ਬਿਨਾ ਸਭ ਕੂੜ ਗਾਲੀ ਹੋ ਚੀ ਗਾਣਾ ਵਰੀ ਗੱਲ ਹੈ ਇੱਕ ਤਰ੍ਹਾਂ ਦੇ ਸਫੇਰ ਵਰਡਸ ਨੇ ਬਾਕੀ ਤਾਂ ਸੋ ਨਾਮ ਬਹੁਤ ਅਤ ਜ਼ਰੂਰੀ ਹੈ ਜੇ ਆਪਾਂ ਨਾਮ ਜਪਦੇ ਆ ਸਾਨੂੰ ਸਾਰਿਆਂ ਨਾਲ ਫਿਰ ਪਿਆਰ ਉੱਠਦਾ ਹੈ ਔਰ ਉਹਨਾਂ ਨਾਲ ਜ਼ਿਆਦਾ ਉੱਠਦਾ ਹੈ ਜਿਹੜੇ ਨਾਮ ਜਪਦੇ ਨੇ ਪਤਾ ਲੱਗ ਜਾਂਦਾ ਤੁਹਾਨੂੰ ਤਾਂ ਹੀ ਉਹ ਫਿਰ ਭਾਈ ਗੁਰਦਾਸ ਜੀ ਕਹਿੰਦੇ ਨੇ ਆਈ ਮੇਲ ਗੁਰਸਿੱਖ ਆਈ ਮੇਲ ਤੂੰ ਮੇਰੇ ਗੁਰੂ ਕੀ ਪਿਆਰੇ ਕਿਉਂਕਿ ਸਾਰੇ ਫਿਰ ਗੁਰੂ ਨਾਲ ਪਿਆਰ ਕਰਨ ਵਾਲੇ ਫਿਰ ਤੁਸੀਂ ਵੀ ਉਹਨਾਂ ਨੂੰ ਪਿਆਰ ਕਰਨ ਲੱਗ ਜਾਂਦੇ ਹੋ ਸੋ ਆਪ ਜੀ ਦਾ ਜਿੰਨਾ ਧੰਨਵਾਦ ਕਰੀਏ ਉਹਨਾਂ ਥੋੜਾ ਹੈ ਨਵਾਂ ਸਾਲ ਚੜ੍ਹਿਆ ਹੈ ਅੱਜ ਕਹਿੰਦੇ ਵਧਾਈਆਂ 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 ਗੁਰਸਿੱਖਾਂ ਨੂੰ ਵਧਾਈਆਂ ਜਿਨ੍ਹਾਂ ਮੇਰਾ ਦੱਸੋ ਜਿਨ੍ਹਾਂ ਸਤਗੁਰੂ ਮਿਲਿਆ ਰਾਮ ਸਤਿਗੁਰੂ ਜੇ ਨਹੀਂ ਮਿਲੇ ਤਾਂ ਵਧਾਈਆਂ ਜੇ ਮਿਲਣ ਤਾਂ ਵਧਾਈਆਂ ਜੇ ਸਤਿਗੁਰੂ ਨਹੀਂ ਮਿਲਿਆ ਗੁਰ ਸੇਖਾ ਪਾ ਕਰਨਿਆ ਕਿੰਨੇ ਗੁਰਮੁਖ ਗੁਰਸੇਖ ਕਿੰਨਾ ਪਿਆਰ ਵਾਲਾ ਗੁਰੂ ਦੇ ਨਾਲ ਸਿੱਖ ਦੋ ਕੱਟੇ ਸ਼ਬਦ ਨੇ ਗੁਰਸੇਖ ਜਿਹੜਾ ਹੈ ਬਹੁਤ ਉੱਚੀ ਅਵਸਥਾ ਵਾਲੀ ਇੱਕ ਸਮਝੋ ਇੰਡੀਵਿਜੂਐਲਿਟੀ ਬਹੁਤ ਵੱਡੀ ਬਾਚਾ ਬਖਸ਼ਿਸ਼ ਕਰਨ ਸਾਨੂੰ ਸਮਝ ਲੱਗੇ ਬਾਣੀ ਦੀ ਥੋੜੀ ਥੋੜੀ ਸਮਝ ਲੱਗੇ ਜੇ ਪੜਾਂਗੇ ਜੇ ਨਾਮ ਹੋਏਗਾ ਨਾ ਤਾਂ ਬਾਣੀ ਦੀ ਸਮਝ ਲਗਣੀ ਨਹੀਂ ਤਾਂ ਲਗਣੀ ਨਹੀਂ ਬਾਣੀ ਦੀ ਸਮਝ ਬਾਣੀ ਬਹੁਤ ਔਖੀ ਹੈ ਲੇਕਿਨ ਸੌਖੀ ਹੈ ਜੇ ਆਪਾਂ ਨਾਮ ਜਪੀਏ ਫਿਰ ਸਮਝ ਲੱਗੇਗੀ ਹੁਣ ਇੱਕ ਤੋਂ ਸ਼ੁਰੂ ਹੁੰਦਾ ਸਾਰਾ ਕੰਮ ਇੱਕ ਤੋਂ ਜਿਵੇਂ ਜਰੋਂ ਬਾਣੀ ਪੜਾਂਗੇ ਫਿਰ ਪਤਾ ਲੱਗੇਗਾ ਇਕ ਹੈ ਅਨੇਕ ਹੈ ਫਿਰ ਇਕ ਹੈ ਉਹ ਕੱਲਾ ਵੀ ਹੈ ਸਾਰਿਆਂ ਦੇ ਵਿੱਚ ਵੀ ਹੈ ਫਿਰ ਕੱਲਾ ਵੀ ਬੈਠਾ ਆਪਾਂ ਤਾਂ ਸੋਚ ਨਹੀਂ ਸਕਦੇ ਸਾਡੀ ਬੁੱਧੀ ਇੰਨਾਂ ਦੀ ਹੈ ਹੀ ਨਹੀਂ ਉਹ ਬੇਅੰਤ ਵੀ ਹੈ ਇਕ ਵੀ ਹੈ ਸੁਪਾਚਾ ਮਿਹਰ ਕਰਨ ਆਪਜੀ ਸਾਰਿਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਇਹ ਗੱਲਾਂ ਜੋ ਅਸੀਂ ਬਚਨ ਕੀਤੇ ਨੇ ਭੱਲੇ ਬਣਿਓ ਮਹਾਰਾਜ ਦੀ ਹਜ਼ੂਰੀ ਚ ਕੀਤੇ ਨੇ ਮਹਾਰਾਜ ਜਾਗਦੀ ਜੋਤ ਹਨ ਇਹਨਾਂ ਤੋਂ ਜਦੋਂ ਮਰਜ਼ੀ ਆ ਕੇ ਪੁੱਛ ਸਕਦੇ ਹੋ ਪੜੋਗੇ ਪਤਾ ਲੱਗੇਗਾ ਜਿੰਨਾ ਕਿ ਸਾਨੂੰ ਪਤਾ ਲੱਗਿਆ ਤੁਹਾਨੂੰ ਦੱਸਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ